ਅਗਲੀ ਜਿਹੜੀ ਹਦਰਸਿੰਘ ਜੀ ਖਬਰ ਆ ਰਹੀ ਹੈ ਕੌਂਟਰਾਕਾਸਟ ਕਾਉਂਟੀ ਤੋਂ ਇੱਕ ਬੜੀ ਮੰਦਭਾਗੀ ਖਬਰ ਆ ਪਚੀਕੋ ਜਿਹੜਾ ਸ਼ਹਿਰ ਆ ਜਿਹੜਾ ਹਾਈਵੇ 4 ਹਾਊਸ ਤੇ ਲੱਗੇ ਇਹ ਪਚੀਕੋ ਸ਼ਹਿਰ ਆ ਕੁਝ ਦਿਨ ਪਹਿਲਾਂ ਉੱਥੇ ਇੱਕ ਘਰ ਦੇ ਵਿੱਚ ਅੱਗ ਲੱਗੀ ਇਹ ਅੱਗ ਤਕਰੀਬਨ ਰਾਤ ਨੂੰ 11:30 ਵਜੇ ਉੱਥੇ ਲੱਗੀ ਹੈ ਟੈਂਪਲ ਡਰਾਈਵ ਦੇ ਉੱਤੇ ਫਾਇਰ ਕਰੂ ਕਹਿੰਦੇ ਉੱਥੇ ਸੱਦੇ ਕੇ ਜਦ ਤੱਕ ਉਹ ਉੱਥੇ ਪਹੁੰਚਦੇ ਇੱਕ ਜਿਹੜਾ ਸਿੰਗਲ ਸਟੋਰੀ ਘਰ ਸੀਗਾ ਉਸ ਦੇ ਵਿੱਚ ਅੱਗ ਪੂਰੀ ਤਰ੍ਹਾਂ ਫੈਲ ਚੁੱਕੀ ਸੀ ਤੇ ਨਾਲ ਦੇ ਨਾਲ ਅੰਦਰ ਧੂਆਂ ਧੂਆਂ ਹੋਇਆ ਪਿਆ ਸੀ ਕਿਉਂਕਿ ਰਾਤ ਦਾ ਵਕਤ ਸੀਗਾ ਕਈ ਲੋਕ ਜਿਹੜੇ ਉਹ ਸੁੱਤੇ ਸੀਗੇ ਕੁਝਕ ਲੋਕ ਉਸ ਦੇ ਵਿੱਚੋਂ ਜਿਹੜੇ ਉਹ ਆਪਣੇ ਆਪ ਨੂੰ ਕੱਢਣ ਦੇ ਵਿੱਚ ਕਾਮਯਾਬ ਰਹੇ ਤੇ ਦੋ ਜਣੇ ਜਿਹੜੇ ਗੰਭੀਰ ਰੂਪ ਦੇ ਵਿੱਚ ਉਸ ਟਾਈਮ ਜ਼ਖਮੀ ਹੋਏ ਸੀਗੇ ਕਹਿੰਦੇ ਇੱਕ ਬੰਦਾ ਤੇ ਇੱਕ ਔਰਤ ਸੀ ਤੇ ਘਰ ਨੂੰ ਜਿਹੜਾ ਉਹ ਉਹ ਤੋੜ ਕੇ ਉਸ ਦੇ ਵਿੱਚੋਂ ਉਹਨਾਂ ਨੂੰ ਕੱਢਿਆ ਗਿਆ ਪਰ ਸੀਰੀਅਸ ਇੰਜਰੀਜ਼ ਉਹਨਾਂ ਨੂੰ ਉਸ ਸਟੈਂਟ ਤੇ ਲੱਗੀਆਂ ਸੀਗੀਆਂ ਫਿਰ 에어 ਐਮਬੂਲੈਂਸ ਦੇ ਜ਼ਰੀਏ ਯੂ ਐਸ ਡੇਵਿਸ origignal ਮੈਡੀਕਲ ਸੈਂਟਰ ਦੇ ਵਿੱਚ ਉਹਨਾਂ ਨੂੰ ਜਿਹੜੀ ਅੱਗ ਦੇ ਕਰਕੇ ਜਿਹੜੀਆਂ ਇੰਜਰੀਜ਼ ਹੁੰਦੀਆਂ ਬਰਨ ਇੰਜਰੀਜ਼ ਹੁੰਦੀਆਂ ਸੱਟਾਂ ਹੁੰਦੀਆਂ ਉਹਦੇ ਕਰਕੇ ਉੱਥੇ ਲੈ ਕੇ ਜਾਇਆ ਗਿਆ ਇੱਕ ਨੂੰ ਜਿਹੜਾ ਜੌਨ ਮਿਊਰ ਮੈਡੀਕਲ ਸੈਂਟਰ ਦੇ ਵਿੱਚ ਉਸ ਟਾਈਮ ਦੇ ਉੱਤੇ ਉਹਨਾਂ ਦੀ ਸਥਿਤੀ ਦਾ ਬਾਰੇ ਪਤਾ ਨਹੀਂ ਸੀਗਾ ਪਰ ਉਹਨਾਂ ਦੇ ਪਰਿਵਾਰਕ ਮੈਂਬਰ ਦੇ ਨਾਲ ਹਰਜੋਤ ਸਿੰਘ ਜੀ ਗੱਲਬਾਤ ਹੋਈ ਆ ਉਹਨਾਂ ਨੇ ਸ਼ੇਅਰ ਕੀਤਾ ਬੜੀ ਮੰਦਪਾਗੀ ਗੱਲ ਆ ਵੀ ਦੋ ਜਾਣਿਆਂ ਦੀ ਉਸ ਅੱਗ ਦੇ ਵਿੱਚ ਜਿਹੜੀ ਉਹ ਮੌਤ ਹੋ ਗਈ ਹੈਗੀ ਅੱਜ ਜਿਸ ਜੀ ਨੇ ਪਰਿਵਾਰ ਚੋਂ ਗੱਲ ਕੀਤੀ ਸੀ ਉਹ ਦੱਸ ਰਹੀ ਸੀ ਵੀ ਇੱਕ ਜਣਾ ਉਹਨਾਂ ਦਾ ਬ੍ਰਦਰ ਜਿਹੜਾ ਉਹ ਸੀਗਾ ਦੋ ਜਿਹੜੇ ਹੋਰ ਅਡਲਟ ਸੀਗੇ ਘਰ ਦੇ ਵਿੱਚ ਉਹ ਉੱਥੋਂ ਨਿਕਲਣ ਦੇ ਵਿੱਚ ਕਾਮਯਾਬ ਹੋ ਸਕੇ ਜਿਹੜੇ ਆ ਕਿਉਂਕਿ ਉਹ ਉਦਾਂ ਸੁੱਤੇ ਸੀਗੇ ਜਾਗ ਆ ਗਈ ਤਾਂ স্মੋਕ ਅਲਾਰਮ ਵੱਜਣ ਤੋਂ ਬਾਅਦ ਚ ਉੱਥੋਂ ਜਿਹੜੇ ਉਹ ਨਿਕਲਣ ਚ ਕਾਮਯਾਬ ਹੋਏ ਫਾਈਨ ਇਨਵੈਸਟੀਗੇਟਰ ਐਸ ਟਾਈਮ ਅੱਗ ਦੀ ਜਿਹੜੀ ਉਹ ਜਾਂਚ ਕਰ ਰਹੀ ਹੈ ਵੀ ਸਟਾਰਟ ਕਿਦਾਂ ਹੋਈ ਆ ਅ ਤੇ ਉਹਨਾਂ ਨੇ ਉਸ ਥਾਂ ਨੂੰ ਬਾਅਦ ਚ ਕਲੀਅਰ ਕਰਨਾ ਜਿਹੜਾ ਸ਼ੁਰੂ ਕਰ ਦਿੱਤਾ ਸੀ ਤੇ ਅਜੇ ਵੀ ਇਨਵੈਸਟੀਗੇਸ਼ਨ ਜਿਹੜੀ ਉਹ ਚੱਲ ਰਹੀ ਆ ਸੋ ਬੜੀ ਮੰਦ ਭਾਗੀ ਘਟਨਾ ਜਿਹੜੀ ਆ ਪਚੀਕੋ ਦੇ ਵਿੱਚ ਟੈਂਪਲ ਡਰਾਈਵ ਦੇ ਉੱਤੇ ਵਾਪਰੀ ਆ ਜਿੱਥੇ ਇੱਕ ਪੰਜਾਬੀ ਪਰਿਵਾਰ ਦੇ ਘਰ ਦੇ ਵਿੱਚ ਅੱਗ ਲੱਗਣ ਕਰਕੇ ਦੋ ਜੀਆਂ ਦੀ ਮੌਤ ਹੋਈ ਉਹਨਾਂ ਦੇ ਪਰਿਵਾਰ ਮੁਤਾਬਕ ਜਿਹੜੀ ਉਹ ਦੱਸੀ ਜਾ ਰਹੀ ਆ ਜੀ 1200 ਬਲੌਕ ਆਫ ਟੈਂਪਲ ਡਰਾਈਵ ਪਚੀਕੋ ਦੇ ਵਿੱਚ ਹੈਗਾ ਆ ਵੀਰਵਾਰ ਨੂੰ ਹੋਈ ਸੀ 11:20 ਦੇ ਰਾਤ ਨੂੰ ਕੌਂਟਰਾ ਕੋਸਟਾ ਕਾਉਂਟੀ ਦੇ ਵਿੱਚ ਪੈਂਦਾ ਫੇਅਰਫੀਲਡ ਦੇ ਲੱਗ ਕੇ ਇਹ ਜਿਹੜਾ ਟਾਊਨ ਹੈਗਾ ਆ ਸੋ ਫਾਇਰਫਾਈਟਰਸ ਕਹਿੰਦੇ ਭਈ ਦੋ ਜੋ ਲੇਡੀਜ਼ ਆ ਬੀਬੀਆਂ ਆ ਉਹ ਵਚਨ ਦੇ ਵਿੱਚ ਇਸ ਕਰਕੇ ਕਾਮਯਾਬ ਹੋ ਗਈਆਂ ਕਿਉਂਕਿ ਫਾਇਰ ਜਿਹੜੇ ਸਮੋਕ ਅਲਾਰਮ ਆ ਉਹ ਚੱਲ ਗਏ ਸੀ ਆਪਾਂ ਦੇਖਦੇ ਆਂ ਵੀ ਬਹੁਤ ਵਾਰ ਆਪਣੇ ਪੰਜਾਬੀ ਘਰਾਂ ਦੇ ਵਿੱਚ ਸਮੋਕ ਅਲਾਰਮ ਸਭ ਤੋਂ ਪਹਿਲਾਂ ਅਸੀਂ ਬੰਦ ਕਰਦੇ ਆਂ ਵੀ pronte pronte ਬਣਾਣੇ ਆ ਜਾਂ ਧੂਆ ਨਿਕਲਣਾ ਹੁੰਦਾ ਹੈ ਉੱਥੋਂ ਤੇ ਉਹ ਪਲੀਜ਼ ਇਹ ਸਾਰੇ ਦੇਖੋ ਹੁਣ ਫਾਇਰ ਵਾਲੇ ਵੀ ਕਹਿ ਰਹੇ ਆ ਵੀ ਜੋ ਸਮੋਕ ਡਿਟੈਕਟਰਸ ਆ ਇਹ ਤੁਹਾਡੇ ਪੂਰੇ ਕੰਮ ਕਰਦੇ ਹੋਣੇ ਚਾਹੀਦੇ ਹੈਗੇ ਆ ਤਾਂ ਕਿ ਇਦਾਂ ਦੀ ਜਿਹੜੀ ਅਣਸਕਾਮੀ ਘਟਨਾ ਆ ਉਹ ਫਿਊਚਰ ਦੇ ਵਿੱਚ ਨਾ ਵਾਪਰੇ ਬਿਲਕੁਲ ਸੋ ਇਹ ਨੇ ਬਿਲਕੁਲ ਹਰਜੋਤ ਸਿੰਘ ਜੀ ਇਹ ਜ਼ਰੂਰ ਲੈਸਨ ਜਿਹੜਾ ਉਹ ਪੱਕਾ ਹੀ ਆ ਜਿੱਦਾਂ ਤੁਸੀਂ ਕਿਹਾ ਵੀ ਆਪਾਂ ਕਰ ਦਿੰਨੇ ਆ ਇਨਫੈਕਟ ਇੱਥੋਂ ਤੱਕ ਕਿ ਆਪਾਂ ਵਕ ਵਕ ਜਾਂ ਉਹਦੇ ਕਮਿਊਨਿਟੀ ਸੈਂਟਰਸ ਆ ਚਾਹੇ ਗੁਰੂ ਘਰ ਵੀ ਆ ਉਥੇ ਵੀ ਭਾਈ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਜ਼ਰੂਰ ਰੱਖਣੀਆਂ ਜਿਹੜੀਆਂ ਉਹ ਚਾਹੀਦੀਆਂ ਆ ਉਸ ਹੱਬ ਦੇ ਨਾਲ ਆਪਾਂ ਪ੍ਰਬੰਧ ਜਿਹੜਾ ਆ ਉਹ ਕਰੀਏ ਘਰਾਂ 'ਚ ਮੇਕ ਸ਼ੂਰ ਕਰੋ ਬੈਟਰੀਆਂ ਤਾਂ ਨਹੀਂ ਡੈੱਡ ਕਈਆਂ ਦੇ ਹੁਣ ਆਪ ਦੇ ਵੀ ਕਈ ਰੀ ਹੋ ਜਾਂਦੀ ਆ ਮੇਕ ਸ਼ੂਰ ਕਰੋ ਵੀ ਉਹਨਾਂ ਬੈਟਰੀਜ਼ ਨੂੰ ਤੁਸੀਂ ਸਮੇਂ ਸਿਰ ਅਪਡੇਟ ਜਿਹੜਾ ਉਹ ਕਰਦੇ ਰਹੋ ਉਹਨਾਂ ਨੂੰ ਰਿਪਲੇਸ ਕਰਦੇ ਰਹੋ ਤਾਂ ਜੋ ਇਹ ਤੇ ਕਾਰਬਨ ਮੋਨੋਆਕਸਾਈਡ ਵਾਲਾ ਜਿਹੜਾ ਇੱਕ ਸੈਂਸਰ ਹੁੰਦੇ ਆ ਵੀ ਉਹ ਤੁਹਾਡੇ ਘਰਾਂ ਦੇ ਵਿੱਚ ਲੱਗੇ ਹੋਣੇ ਜਿਹੜੇ ਉਹ ਚਾਹੀਦੇ ਆ ਫਾਇਰ ਅਲਾਰਮ স্মੋਕ ਅਲਾਰਮ ਇਹ ਸਾਰੀਆਂ ਚੀਜ਼ਾਂ ਹੋਣ ਤਾਂ ਕਾਫੀ ਜੜੀਆਂ ਆ ਉਹਦਾ ਬਚਾਅ ਹੋ ਜਾਂਦਾ ਦੇਖੋ ਘਰ ਜਲ ਵੀ ਜਾਵੇ ਬੰਦਾ ਬੱਚ ਜਵੇ ਤਾਂ ਇਹ ਚੀਜ਼ਾਂ ਦੁਬਾਰਾ ਬਣ ਜਾਂਦੀਆਂ ਇੰਸ਼ੋਰੈਂਸੇਜ਼ ਹੁੰਦੀਆਂ ਹੋਰ ਕਈ ਚੀਜ਼ਾਂ ਹੁੰਦੀਆਂ ਆ ਪਰ ਇਨਸਾਨ ਚਲੇ ਜਾਵੇ ਤਾਂ ਉਸ ਦੀ ਕੋਈ ਪਰਪਾਈ ਕਿਸੇ ਪਾਸੋਂ ਵੀ ਨਹੀਂ ਹੁੰਦੀ ਸੋ ਇਹ ਪਰਿਵਾਰ ਨਾਲੇ ਬਹੁਤ ਭੈੜਾ ਭਾਣਾ ਵਾਪਰਿਆ ਆ ਦੋ ਜੀ ਜਿਹੜੇ ਆ ਇਸ ਘਰ ਚ ਲੱਗੀ ਅੱਗ ਦੇ ਕਰਕੇ ਅਕਾਲ ਚਲਾਣਾ ਕਰਕੇ ਤੇ ਜੇ ਅੱਗ ਦੀ ਗੱਲ ਕਰਦੇ ਜਾਈਏ ਚਿੱਲੀ ਜਿਹੜਾ ਮੁਲਕ ਆ ਉੱਥੇ ਬਹੁਤ ਹੀ ਖਤਰਨਾਕ ਜਿਹੜੀ ਵਾਈਲਡ ਫਾਇਰ ਲੱਗੀ ਆ ਜਿਹਦੇ ਨਾਲ ਆ ਕਾਫੀ ਵੱਡੀ ਗਿਣਤੀ ਦੇ ਵਿੱਚ ਲੋਕਾਂ ਦੀ ਮੌਤ ਹੋਈ ਆ ਹੁਣ ਤੱਕ 123 ਲੋਕ ਕਨਫਰਮ ਹੋ ਚੁੱਕੇ ਜਿਨ੍ਹਾਂ ਦੀ ਮੌਤ ਹੋਈ ਆ 160 ਤੋਂ ਵੱਧ ਛੋਟੀਆਂ ਛੋਟੀਆਂ ਅੱਗਾਂ ਲੱਗ ਕੇ ਇਹ ਅੱਗ ਵਧਦੀ ਗਈ ਯੂਨਾਈਟਿਡ ਨੇਸ਼ਨ ਦੀ ਡਿਜਾਸਟਰ ਏਜੰਸੀ ਨੇ ਦੱਸਿਆ ਪਈ ਉੱਥੇ ਹੈਲਪ ਪੂਰੀ ਭੇਜ ਰਏ ਹੈਗੇ ਆ ਹਜੇ ਵੀ ਸੌਆਂ ਦੀ ਗਿਣਤੀ ਦੇ ਵਿੱਚ ਲੋਕ ਗਵਾਚੇ ਹੋਏ ਆ 33 ਬਾਡੀਜ਼ ਨੂੰ ਆਇਡੈਂਟੀਫਾਈ ਕਰ ਦਿੱਤਾ ਗਿਆ 79 ਦੇ ਕਰੀਬ ਉਹਨਾਂ ਦੀ ਆਟੋਪਸੀ ਕੀਤੀ ਜਾ ਰਹੀ ਹੈਗੀ ਆ ਹੰਡਰਡਸ ਆਫ ਲੋਕ ਕਹਿੰਦੇ ਮਿਸਿੰਗ ਹੈਗੇ ਆ ਯੂਨ ਆਫਿਸ ਆਫ ਡਿਜਾਸਟਰ ਰਿਸਕ ਰਿਡਕਸ਼ਨ ਨੇ ਦੱਸਿਆ ਹੈਗਾ ਚਿੱਲੀ ਦੇ ਇਤਿਹਾਸ ਵਿੱਚ ਸਭ ਤੋਂ ਇਹ ਜਿਹੜੀ ਆ ਖਤਰਨਾਕ ਵਾਇਲਡ ਫਾਇਰ ਉਥੇ ਲੱਗੀ ਹੈਗੀ ਆ ਮੰਡੇ ਤੇ ਟਿਊਜ਼ ਦੇ ਦੋ ਦਿਨ ਅੱਜ ਸਵੇਰੇ ਤੇ ਕੱਲ ਉਥੇ ਤਬਾਹੀ ਮਚਾਈ ਪਈ ਹੈਗੀ ਆ ਅੱਗ ਨੇ ਕਹਿੰਦੇ ਭਈ ਪਿਛਲੇ ਜੇ 1000 ਸਾਲ ਦਾ ਰਿਕਾਰਡ ਦੇਖਿਆ ਜਾਵੇ ਤੇ ਚਿੱਲੀ ਦੇ ਵਿੱਚ ਮੈਗਾ ਡਰਾਉਟ ਚੱਲ ਰਿਹਾ ਹੈ ਤੇ ਉਥੇ ਹੀ ਅੱਗ ਲੱਗੀ ਆ ਤੇ ਟੈਂਪਰੇਚਰ ਉਥੇ 98.6 ਡਿਗਰੀ ਐਵਰੇਜ ਜੋ ਚਿੱਲੀ ਦੀ ਕੈਪੀਟਲ ਆ ਸੈਂਟਿਆਗੋ ਉਥੇ ਚੱਲ ਰਿਹਾ ਹੈਗਾ ਸੋ ਸਭ ਤੋਂ ਖਤਰਨਾਕ ਅੱਗ ਲੱਗਣ ਦੇ ਨਾਲ 1.7 ਮਿਲੀਅਨ ਹੈਕਟੇਅਰ ਜੋ ਜਿੱਥੇ ਜ਼ਮੀਨ ਚ ਜੰਗਲ ਵੀ ਸੀ ਦਰਖਤ ਸੀ ਉਹ ਵੀ ਅੱਗ ਦੀ ਪੇਂਟ ਛੜ ਗਏ ਜੀ ਹੁਣ ਤੱਕ 123 ਜਾਣਿਆਂ ਦੀ ਹਜੋ ਸਿੰਘ ਜੀ ਇਤਿਮਤਾਂ ਰਿਕਾਰਡ ਕਿਤਿਆਂ ਗਈਆਂ ਯੂਨ ਐਜੰਸੀ ਕਹਿ ਰਹੀ ਆ ਵੀ ਇਹ ਇਨਾਂ ਦੀ ਡੈਡਲੀਸਟ ਫਾਇਰ ਹੈਗੀ ਆ ਔਨ ਰੈਕੋਰਡ ਕਈ ਸੈਂਕੜੇ ਅਜੇ ਵੀ ਲਾਪਤਾ ਨੇ ਤੇ ਕਹਿੰਦੇ ਵੀ ਇਹ ਮੌਤ ਦਾ ਆਕੜਾ ਲਗਾਤਾਰ ਜਿਹੜਾ ਉਹ ਵੱਧ ਸਕਦਾ ਆ ਚਿਲੀ ਵੀ ਪਹਾੜੀ ਆ ਇਲਾਕਾ ਜਿਹੜਾ ਉਹ ਹੈਗਾ ਸੋ ਉੱਥੇ ਖੁਸ਼ਕੀ ਵੀ ਜਿਹੜੀ ਉਹ ਬਹੁਤ ਰਹਿੰਦੀ ਆ ਤੇ ਪਿਛਲੇ ਡੈਕੇਡ ਦੇ ਵਿੱਚ ਚਿਲੀ ਦੇ ਵਿੱਚ ਮੈਗਾ ਡਰਾਉਟ ਚੱਲ ਰਿਹਾ ਸੀ ਜੋ ਕਿ ਕਹਿ ਸਕਦੇ ਆ ਵੀ ਪਿਛਲੇ 1000 ਸਾਲਾਂ ਦੇ ਵਿੱਚ ਸਭ ਤੋਂ ਲੌਂਗੇਸਟ ਹੁਣ ਤੱਕ ਜਿਹੜਾ ਡਰਾਉਟ ਆ ਸੋਕਾ ਆ ਉਹ ਚੱਲ ਰਿਹਾ ਸੀਗਾ ਸੋ 37.3 ਡਿਗਰੀ ਸੈਲਸੀਅਸ ਟੈਂਪਰੇਚਰ 31 ਜਨਵਰੀ ਨੂੰ ਹੋ ਗਿਆ ਉੱਥੇ ਇੰਨੀ ਜਿਹੜੀ ਉੱਥੇ ਨਾਲ ਦੇ ਨਾਲ ਅਬਨਾਰਮਲੀ ਹਾਈ ਟੈਂਪਰੇਚਰ ਉਹ ਹੋ ਰਿਹਾ ਸੀਗਾ ਸੋ ਇਹ ਮੁਲਕ ਦਾ ਕਹਿੰਦੇ ਵੀ ਥਰਡ ਹਾਈਸਟ ਰਿਕਾਰਡਡ ਟੈਂਪਰੇਚਰ ਆ ਸੈਂਚਰੀ ਦੇ ਵਿੱਚ ਤੇ ਸਿਆਲਾਂ ਦੇ ਮਹੀਨਿਆਂ ਦੇ ਵਿੱਚ ਜਦੋਂ ਇੰਨਾ ਠੰਡ ਗਰਮੀ ਜਿਹੜੀ ਆ ਠੰਡ ਦੇ ਦੌਰਾਨ ਜਦੋਂ ਆਪਾਂ ਦੇਖਦੇ ਆ ਵੀ ਉੱਥੇ ਗਰਮੀ ਹੋ ਪੈ ਰਹੀ ਆ ਤਾਂ ਰਿਕਾਰਡ ਤੋੜ ਜਿਹੜੇ ਉਹ ਟੁੱਟ ਰਹੇ ਉਤਰ ਸਦਰਨ ਹਮਿਸਫੀਅਰ ਦੇ ਵਿੱਚ ਹੈਗੇ ਆ ਸੋ ਉੱਥੇ ਉਦਾਂ ਫਰਕ ਤਾਂ ਜਿਹੜਾ ਹੁੰਦਾ ਹੀ ਉੱਥੇ ਗਰਮਾਹਟ ਦੇ ਦਿਨ ਹੀ ਜਿਹੜੇ ਉਹ ਚੱਲ ਰਹੇ ਹੁੰਦੇ ਆ ਪਰ ਫਿਰ ਵੀ ਕਿੰਨੇ ਰਿਕਾਰਡ ਜਿਹੜਾ ਉਹ ਟੁੱਟਾ ਹੈਗਾ